ਜੇ ਪੰਜਾਬ ਦੀ ਧਰਤੀ ਦੇ ਉੱਤੇ ਸਭ ਤੋਂ ਵੱਧ ਕਿਤੇ ਕਰੰਟ ਹੈ ਤੇ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਵਿੱਚ ਬਰੇਲੀ ਚਲੇ ਗਿਆ
मुझे बरेली बड़ी अच्छी लगती है कि मैं झूमका यही तो खिलाता हेलो पूछ नरेंद्र मोदी ने क्या गंगा साफ करूं सुप्रीम कोर्ट के 200 साल लगेंगे गंगा साफ हो लू तेरा 2 करोड़ नौकरी 2 करोड़ नौकरी लोग मान लू 8 लाख मिली 3.5 साल तेरा 15 लाख गरीब की जेब चुकाऊ तेरा लोकपाल बनाऊ तेरा किसान की इनकम चुकड़ी कराऊ मेरा की बाबा जी का ठुल्लू वादा तेरा वादा तो तारी फोटो टिका के ओ वादा तेरा वादा वादे में तेरे मारा गया गुरदासपुरिया ये सीधा साधा वादा बापू
ছুটবে তুই সব লিপ নিয়ে সন্ধি খেলা করবি না ¡Vamos!
ਮਾਇਆ ਕਹਿੰਦਾ ਨਰਿੰਦਰ ਮੋਦੀ ਜਿੰਦਰ ਨੂੰ ਪੈਦਾ ਨਹੀਂ ਹੋਇਆ ਸੀ, ਅੰਬੇਦਕਰ ਸਾਹਿਬ ਨੇ ਹਿੰਦੁਸਤਾਨ ਦਾ ਸੰਵਿਧਾਨ ਬਣਾਇਆ, ਸੰਵਿਧਾਨ ਬਣਾਇਆ ਸੀ। ਉਹ ਜਿੰਦਰ ਨੂੰ ਤੁਰਨਾ ਨਹੀਂ ਸੀ ਸਿੱਖਿਆ, ਆਪਣੀ ਮਾਂ ਦੀ ਬੋਲੀ ਦੀ ਝੂਠੇ ਲੈਂਦਾ ਸੀ। ਉਹਦੇ ਚਾਚਾ ਨੇ ਉਹਨੇ ਅੰਤਰਿਕਸ਼ ਤੇ ਯਾਨ ਭੇਜਤਾ ਸੀਗਾ, ਨਰਿੰਦਰ ਮੋਦੀ ਯਾਨ ਭੇਜਤਾ ਸੀਗਾ। ਔਰ ਜਿੰਦਰ ਨੂੰ ਸਕੂਲਾਂ ਨਹੀਂ ਗਿਆ ਸੀ, IIT ਬਣਦੇ ਸੀ, IIM ਬਣਦੇ ਸੀ, ਗ੍ਰੀਨ ਰੈਵੋਲੂਸ਼ਨ ਆ ਗਈ ਸੀ। ਇੰਦਰਾ ਜੀ ਨੇ ਪੰਜਾਬ ਦੇ ਕਿਸਾਨ ਨੂੰ ਆਪ ਨਿਰਭਰ ਕਰਤਾ ਸੀਗਾ। ਤੇ ਅੱਜ ਮੈਂ ਛਾਤੀ ਠੋਕ ਕੇ ਕਹਿੰਦਾ ਕਿ ਜਦੋਂ ਤੂੰ ਆਪਣੇ ਡੰਡੇ ਲੈ ਕੇ RSS ਦੀ ਸ਼ਾਖਾ ਦੇ ਵਿੱਚ ਖੇਡ ਰਿਹਾ ਸੀਗਾ, ਉਦੋਂ ਹਿੰਦੁਸਤਾਨ ਤਿੰਨ ਜੰਗਾਂ ਜਿੱਤ ਗਿਆ ਸੀ। ਤਿੰਨ ਜੰਗਾਂ 100 ਬਣਾ ਕੇ ਜਾਊਗਾ, 100 ਬਣਾ ਕੇ ਜਾਊਗਾ, 100 ਬਣਾ ਕੇ ਜਾਊਗਾ। ਔਰ ਮੈਂ ਨੇਹਰੀ ਸਾਹਿਬ ਤੁਸੀਂ 2 ਮਿੰਟ ਦੇ ਤੌਰ ਤੇ ਇੱਥੇ ਦੇਣ ਮੈਂ ਕੀ ਗੱਲ ਕਰਾਂਗਾ। ਠੀਕ ਹੈ ਜੱਜ ਬੈਠਾ ਕਹਿੰਦਾ ਦੱਸ ਓਏ ਤੇਰੀ ਰਾਏ ਗਾਲੀ ਥੱਲੇ
ਅੰਗਰੇਜ਼ ਦਾ ਕੁੱਤਾ ਆਇਆ ਕਹਿੰਦਾ ਪੱਟੂ ਮੇਰੇ ਸਾਲ ਨਹੀਂ ਕਹਿੰਦਾ